ਹਾਂ ਜੱਜੀ ਚਾਨਾ ਤੇ ਤੁਸੀਂ ਦੇਖ ਰਹੇ ਹੋ ਦੀ ਫਗਵਾੜਾ ਹੈਡਲਾਈਨ ਲਾਈਵ ਤੇ ਸਾਡੀ ਵਿਸ਼ੇਸ਼ ਪੇਸ਼ਕਸ਼ ਤੇ ਅੱਜ ਇੱਕ ਅਜਿਹੇ ਸਬਜੈਕਟ ਦੇ ਨਾਲ ਅਸੀਂ ਤੁਹਾਡੇ ਰੂਬਰੂ ਕਰਾ ਰਹੇ ਹਾਂ ਜੋ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ ਅਤੇ ਖਾਸ ਤੌਰ 'ਤੇ ਪੰਜਾਬ ਅਤੇ ਬਾਲੀਵੁੱਡ ਅਤੇ ਪੋਲੀਵੁੱਡ ਦੇ ਵਿੱਚ ਜਿਸ ਤਰ੍ਹਾਂ ਇਸ ਸਬਜੈਕਟ ਨੂੰ ਯੂਜ਼ ਕੀਤਾ ਜਾ ਰਿਹਾ ਉਸ ਨਾਲ ਨੌਜਵਾਨਾਂ ਦੇ ਵਿੱਚ ਇਸ ਦਾ ਕਾਫੀ ਉਤਸ਼ਾਹ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਐਨੀਮੇਸ਼ਨ ਅਤੇ ਮਲਟੀਮੀਡੀਆ ਦੀ। ਜੇ ਪੰਜਾਬ ਦੇ ਵਿੱਚ ਮਲਟੀਮੀਡੀਆ ਅਤੇ ਐਨੀਮੇਸ਼ਨ ਦਾ ਨਾਂ ਆਏਗਾ ਤਾਂ ਉਸ ਵੇਲੇ ਨਾਂ ਆਏਗਾ GNA ਗਰੁੱਪ ਦਾ। GNA ਗਰੁੱਪ ਵੱਲੋਂ ਚਲਾਏ ਜਾਂਦੇ GNA IMT ਨੂੰ ਇਹ ਮਾਣ ਹਾਸਲ ਹੈ ਕਿ ਉਹ ਪੁਆਇਨਰ ਸੀ ਜਦੋਂ ਇਹ ਮਲਟੀਮੀਡੀਆ ਐਨੀਮੇਸ਼ਨ ਆਇਆ, ਤਾਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਪੰਜਾਬ ਦੇ ਫਾਊਂਡਰ ਸਿੱਖਿਆ ਐਜੂਕੇਸ਼ਨ ਦੇ ਵਿੱਚ ਉਸਦਾ ਇੱਕ ਵੱਡਾ ਸਥਾਨ ਸੀ ਅਤੇ ਲਗਭਗ 2004 ਦੇ ਵਿੱਚ ਉਸਨੇ BSc ਮਲਟੀਮੀਡੀਆ ਜੋ ਹੈ ਉਹ ਸ਼ੁਰੂ ਕੀਤੀ ਸੀ ਅਤੇ ਹੁਣ GNA ਯੂਨੀਵਰਸਿਟੀ ਦੇ ਵਿੱਚ 3 ਵੱਖ-ਵੱਖ ਕੋਰਸ ਜੋ ਹੈ ਐਨੀਮੇਸ਼ਨ ਅਤੇ ਮਲਟੀਮੀਡੀਆ ਨਾਲ ਸੰਬੰਧਿਤ ਚੱਲ ਰਹੇ ਨੇ। ਅੱਜ ਅਸੀਂ ਆ GNA ਯੂਨੀਵਰਸਿਟੀ ਦੀ ਲੈਬ ਵਿੱਚ, ਤੁਸੀਂ ਦੇਖ ਰਹੇ ਹੋ ਕਿ ਇਹ ਜੋ ਫੋਟੋ ਸਟੂਡੀਓ ਹੈ ਔਰ ਵਰਕਸ਼ਾਪ ਹੈ, ਇਸ ਵਿੱਚ ਬੱਚਿਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਔਰ ਖਾਸ ਤੌਰ 'ਤੇ ਬੱਚਿਆਂ ਨੂੰ ਫੋਟੋਗ੍ਰਾਫੀ ਦੀਆਂ ਬਰੀਕੀਆਂ ਦੇ ਨਾਲ ਨਾਲ ਵੀਡੀਓ ਐਡੀਟਿੰਗ ਔਰ ਵੀਡੀਓ ਰਿਕਾਰਡਿੰਗ ਜੋ ਹੈ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਜਾ ਰਹੀ ਹੈ। ਅੱਜ ਅਸੀਂ ਚਰਚਾ ਕਰਾਂਗੇ GNA ਯੂਨੀਵਰਸਿਟੀ ਦੇ ਵਿੱਚ ਚਲਾਏ ਜਾ ਰਹੇ ਵੱਖ-ਵੱਖ ਮਲਟੀਮੀਡੀਆ ਅਤੇ ਐਨੀਮੇਸ਼ਨ ਕੋਰਸਾਂ ਦੀ, ਬੱਚਿਆਂ ਦਾ ਕੀ ਪ੍ਰੋਸਪੈਕਟਿਵ ਹੋਏਗਾ, ਫਿਊਚਰ ਕੀ ਹੈ ਔਰ ਖਾਸ ਤੌਰ 'ਤੇ ਕਰੀਅਰ ਦੇ ਕਿਹੜੇ-ਕਿਹੜੇ ਮੌਕੇ ਆ ਉਸ ਦੀ ਵੀ ਚਰਚਾ ਕਰਾਂਗੇ। ਸਾਡੇ ਨਾਲ ਜੁੜ ਰਹੇ ਨੇ ਪ੍ਰੋਫੈਸਰ ਬਲਜੀਤ ਸਿੰਘ ਜੀ ਜੋ ਕਿ ਹੈੱਡ ਨੇ ਡਿਪਾਰਟਮੈਂਟ ਆਫ ਐਨੀਮੇਸ਼ਨ ਅਤੇ ਮਲਟੀਮੀਡੀਆ ਦੇ। ਸਰ, ਬਹੁਤ ਸਵਾਗਤ ਤੁਹਾਡਾ। GNA ਯੂਨੀਵਰਸਿਟੀ ਵਿੱਚ ਸਰ ਕਿਹੜੇ-ਕਿਹੜੇ ਕੋਰਸਿਸ ਚੱਲ ਰਹੇ ਨੇ? ਸਰ, GNA ਯੂਨੀਵਰਸਿਟੀ ਦੇ ਵਿੱਚ ਐਨੀਮੇਸ਼ਨ ਮਲਟੀਮੀਡੀਆ ਦੇ ਰਿਲੇਟਡ 3 ਕੋਰਸਿਸ ਚੱਲਦੇ ਨੇ ਜਿਹੜੇ ਕਿ ਆਫਟਰ ਪਲੱਸ 2 ਬੱਚਾ 2 ਕੋਰਸ ਕਰ ਸਕਦਾ, ਜਾਂ ਤਾਂ 1 ਸਾਲ ਦਾ ਡਿਪਲੋਮਾ ਕਰ ਸਕਦਾ ਜਾਂ 3 ਸਾਲ ਦੀ ਡਿਗਰੀ ਕਰ ਸਕਦਾ। ਉਸ ਤੋਂ ਫਰਦਰ ਬੱਚੇ ਨੇ ਅਗਰ ਜ਼ਿਆਦਾ ਪੜ੍ਹਾਈ ਕਰਨੀ ਹੈ, ਹਾਇਰ ਐਜੂਕੇਸ਼ਨ ਵਾਸਤੇ ਜਾਣਾ, ਤਾਂ ਫਿਰ ਉਹ ਮਾਸਟਰਸ ਕਰ ਸਕਦਾ ਆਫਟਰ ਗ੍ਰੈਜੂਏਸ਼ਨ ਜੀ। ਅਤੇ ਮਾਸਟਰ ਜਿਹੜੀ ਕਿ 2 ਸਾਲ ਦੀ ਡਿਗਰੀ ਹੈ, ਗ੍ਰੈਜੂਏਸ਼ਨ ਜਿਹੜੀ ਕਿ 3 ਸਾਲ ਦੀ ਡਿਗਰੀ ਹੈ ਅਤੇ ਡਿਪਲੋਮਾ 1 ਸਾਲ ਦਾ। ਅਤੇ ਇਹਦੇ ਵਿੱਚ ਕਿਹੜੇ-ਕਿਹੜੇ ਸਬਜੈਕਟ ਸਰ ਕਵਰ ਹੁੰਦੇ ਆ ਖਾਸ ਤੌਰ 'ਤੇ? ਸਬਜੈਕਟ ਸਰ ਐਨੀਮੇਸ਼ਨ ਮਲਟੀਮੀਡੀਆ ਦੇ ਹੀ ਕਵਰ ਹੋ ਜਾਂਦੇ ਆ। ਜਿੱਦਾਂ ਹੁਣ ਆਪਾਂ 1 ਸਾਲ ਦਾ ਡਿਪਲੋਮਾ ਦੀ ਅਗਰ ਗੱਲ ਕਰੀਏ, ਤਾਂ ਉਹਦੇ ਵਿੱਚ ਇਸ ਇੰਡਸਟਰੀ ਦੀਆਂ ਬੇਸਿਕ ਚੀਜ਼ਾਂ ਆ ਜਾਂਦੀਆਂ, ਜਿੱਦਾਂ ਸਕੈਚਿੰਗ ਹੋ ਗਈ, 2D ਐਨੀਮੇਸ਼ਨ ਹੋ ਗਈ, ਗ੍ਰਾਫਿਕ ਡਿਜ਼ਾਈਨਿੰਗ ਹੋ ਗਈ, 3D ਦਾ ਕੁਝ ਬੇਸਿਕ ਪਾਰਟ ਹੋ ਗਿਆ, ਵੀਡੀਓ ਐਡੀਟਿੰਗ ਹੋ ਗਈ, ਫੋਟੋਗ੍ਰਾਫੀ ਹੋ ਗਈ। ਉਸ ਤੋਂ ਬਾਅਦ ਫਿਰ ਅਗਰ BSc ਦੀ ਗੱਲ ਕਰਦੇ ਹਾਂ, ਗ੍ਰੈਜੂਏਸ਼ਨ ਦੀ ਗੱਲ ਕਰਦੇ ਹਾਂ, ਤਾਂ ਥੋੜ੍ਹਾ ਐਡਵਾਂਸ ਲੈਵਲ ਦੇ ਉੱਤੇ ਚੀਜ਼ਾਂ ਚਲੇ ਜਾਂਦੀਆਂ ਕਿ ਜਿੱਦਾਂ VFX ਇੰਡਸਟਰੀ ਦੇ ਵਿੱਚ ਕਿੱਦਾਂ ਕੰਮ ਹੁੰਦਾ ਹੈ, CG ਇੰਡਸਟਰੀ ਦੇ ਵਿੱਚ ਕਿੱਦਾਂ ਕੰਮ ਹੁੰਦਾ ਹੈ, 3D ਐਨੀਮੇਸ਼ਨਸ ਕਿੱਦਾਂ ਮਿਲਦੀਆਂ, ਫਿਲਮ ਦੇ ਵਿੱਚ ਪ੍ਰੋਡਕਸ਼ਨ ਦੇ ਵਿੱਚ ਕਿੱਦਾਂ ਕੰਮ ਹੁੰਦਾ, ਉਹ ਸਾਰੀਆਂ ਚੀਜ਼ਾਂ BSc 3 ਈਅਰ ਡਿਗਰੀ ਦੇ ਵਿੱਚ ਆ ਜਾਂਦੀਆਂ। ਕਿ ਕਿਹੜੇ-ਕਿਹੜੇ ਸੌਫਟਵੇਅਰ ਨੇ ਖਾਸ ਤੌਰ 'ਤੇ? ਸਾਨੂੰ ਦੱਸੋ ਕਿ ਇਹ ਸੌਫਟਵੇਅਰ ਦਾ ਕੀ ਨਾਂ ਹੈ ਔਰ ਖਾਸ ਤੌਰ 'ਤੇ ਕਿੱਥੇ ਯੂਜ਼ ਹੁੰਦਾ ਇਹਦਾ? ਇਹ ਸਰ ਬੇਸਿਕਲੀ ਸਾਡੇ ਕੋਲ ਜਿੱਦਾਂ ਮੈਕ ਦੀਆਂ ਮਸ਼ੀਨਸ ਹੈਗੀਆਂ, ਐਪਲ ਦੀ ਮਸ਼ੀਨਸ ਹੈਗੀ ਹੈ, ਅਰਾਊਂਡ ਅਬਾਊਟ 2 ਲੱਖ ਕੋਸਟ ਕਰਦੀ ਹੈ ਇਹ ਜੀ। ਇਹਦੇ ਵਿੱਚ ਬੱਚੇ ਐਡੀਟਿੰਗ ਦਾ ਸੌਫਟਵੇਅਰ ਸਿੱਖਦੇ ਆ, ਫਾਈਨਲ ਕੱਟ ਪ੍ਰੋ FCP ਸੌਫਟਵੇਅਰ ਜਿਹੜਾ ਕਿ ਸਿਰਫ ਮੈਕ ਮਸ਼ੀਨਸ ਦੇ ਉੱਪਰ ਚੱਲਦਾ ਹੈ। ਤੇ ਇਸ ਦੇ ਜ਼ਰੀਏ ਕੀ-ਕੀ ਐਡੀਟਿੰਗ ਹੋ ਸਕਦਾ ਔਰ ਕਿਹੜੇ-ਕਿਹੜੇ ਆਪਸ਼ਨ ਹੁੰਦੇ ਇਹਦੇ ਵਿੱਚ? ਇਹ ਪ੍ਰੋਡਕਸ਼ਨ ਵਾਸਤੇ ਯੂਜ਼ ਹੁੰਦੀ ਹੈ, ਪੋਸਟ ਪ੍ਰੋਡਕਸ਼ਨ ਦੇ ਵਿੱਚ ਜਦੋਂ ਫਿਲਮ ਸ਼ੂਟ ਹੋਣ ਤੋਂ ਬਾਅਦ ਉਹ ਐਡਿਟ ਹੁੰਦੀਆਂ ਨੇ, ਤਾਂ ਉਹ ਫਾਈਨਲੀ ਫਾਈਨਲ ਕੱਟ ਪ੍ਰੋ ਦੇ ਵਿੱਚ ਇੰਡਸਟਰੀ ਦੇ ਵਿੱਚ ਫਾਈਨਲ ਕੱਟ ਪ੍ਰੋ ਦਾ ਇਹ ਕਾਫੀ ਵੱਡਾ ਸ਼ੇਅਰ ਹੈਗਾ ਜਿਹਦੇ ਵਿੱਚ ਫਾਈਨਲ ਕੱਟ ਪ੍ਰੋ ਯੂਜ਼ ਹੁੰਦਾ ਇੰਡਸਟਰੀ ਦੇ ਵਿੱਚ, ਤਾਂ ਬੱਚੇ ਨੂੰ ਇਹ ਫਾਈਨਲ ਈਅਰ ਦੇ ਵਿੱਚ ਸਿਖਾਇਆ ਜਾਂਦਾ BSc ਦੇ ਵਿੱਚ ਤੇ MSc ਦੇ ਵਿੱਚ। ਬੱਚਿਆਂ ਲਈ ਸਰ ਕਿਹੜੇ-ਕਿਹੜੇ ਕਰੀਅਰ ਦੇ ਮੌਕੇ ਨੇ ਖਾਸ ਤੌਰ 'ਤੇ? ਫੀਲਡ ਹੁਣ ਕਾਫੀ ਵਿਸਥਾਰ ਕਰ ਰਹੀ ਹੈ, ਪੋਲੀਵੁੱਡ ਔਰ ਬਾਲੀਵੁੱਡ ਦੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਦੇ ਇਫੈਕਟ ਆ ਰਿਹਾ, ਬਹੁਤ ਸਾਰੇ ਸੀਰੀਅਲਸ ਦੇ ਵਿੱਚ ਇਹ ਇਫੈਕਟ ਆ ਰਿਹਾ, ਤੇ ਉਸ ਵੱਲੇ ਜੌਬ ਓਪਰਚੁਨਿਟੀ ਜਿਹੜੀ ਆ ਕਿੰਨੀ ਕੁ ਵਧੀਆ? ਦੇਖੋ, ਇਹ ਇੱਕ ਇੱਦਾਂ ਦੀ ਫੀਲਡ ਹੈ ਜਿਹੜੀ ਕਿ ਥਰੂ ਆਊਟ ਦਾ ਵਰਲਡ ਬਹੁਤ ਫਾਸਟਲੀ ਗਰੋ ਕਰ ਰਹੀ ਹੈ। ਅਗਰ ਆਪਾਂ ਇਹਦੀ ਗਰੋਥ ਰੇਟ ਦੇਖੀਏ ਤਾਂ ਅਰਾਊਂਡ ਅਬਾਊਟ 25-30% ਹੈ ਈਅਰਲੀ ਜੀ। ਅਤੇ ਅਗਰ ਆਪਾਂ ਓਪਰਚੁਨਿਟੀਜ਼ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ 902 ਚੈਨਲਸ ਨੇ ਜਿਹੜੇ ਕਿ ਸਾਡੇ TV ਦੇ ਉੱਪਰ ਚੱਲਦੇ ਨੇ, TV ਚੈਨਲਸ ਨੇ ਜਿਹੜੇ ਕਿ ਗਵਰਨਮੈਂਟ ਆਫ ਮਿਨਿਸਟਰੀ ਦੇ ਕੋਲ ਰਜਿਸਟਰਡ ਨੇ ਅਤੇ ਜਿਹੜੇ ਕਿ ਸਾਡੇ TV ਤੇ ਬ੍ਰੌਡਕਾਸਟ ਹੁੰਦੇ ਨੇ। ਇਸ ਤੋਂ ਇਲਾਵਾ ਅਸੀਂ ਰੇਡੀਓ ਚੈਨਲਸ ਦੇਖ ਸਕਦੇ ਹਾਂ, ਨਿਊਜ਼ਪੇਪਰਸ ਦੇਖ ਸਕਦੇ ਹਾਂ, ਮੈਗਜ਼ੀਨਸ ਦੇਖ ਸਕਦੇ ਹਾਂ, ਬੁੱਕਸ ਆ, ਕੋਈ ਵੀ ਅਗਰ ਤੁਸੀਂ ਡਿਜੀਟਲੀ ਕੋਈ ਵੀ ਚੀਜ਼ ਦੇਖਦੇ ਹੋ ਉਹ ਸਾਰਾ ਕੁਝ ਐਨੀਮੇਸ਼ਨ ਮਲਟੀਮੀਡੀਆ ਦਾ ਪੈਕੇਜ ਹੈ ਜੀ। ਇਸ ਵੇਲੇ ਜੇ ਨਾਰਮਲ ਕਿਹਾ ਜਾਵੇ BSc ਮਲਟੀਮੀਡੀਆ, ਬੱਚੇ ਨੂੰ ਪ੍ਰੈਕਟੀਕਲ ਨੌਲੇਜ ਹੈ, ਇੱਕ ਬੇਸਿਕ ਜਿਹਾ ਪੈਕੇਜ ਕਿੰਨਾ ਕੁ ਮਿਲ ਸਕਦਾ? ਬੇਸਿਕ ਪੈਕੇਜ ਅਗਰ ਆਪਾਂ ਗੱਲ ਕਰਦੇ ਹਾਂ, ਇਹ ਫੀਲਡ ਪ੍ਰੈਕਟੀਕਲ ਫੀਲਡ ਹੈ, ਸਾਰੀ ਸਕਿੱਲਸ ਦੇ ਉੱਤੇ ਡਿਪੈਂਡ ਕਰਦੀ ਹੈ। ਹੁਣ ਇੱਕ ਆਰਟਿਸਟ ਉਸੇ ਸਕਿੱਲ ਵਾਸਤੇ 15,000 ਵੀ ਲੈ ਸਕਦਾ, ਉਸੇ ਸਕਿੱਲ ਵਾਸਤੇ ਉਹ 50,000 ਵੀ ਲੈ ਸਕਦਾ, ਇਹ ਡਿਪੈਂਡ ਕਰਦਾ ਬੱਚੇ ਦੇ ਸਕਿੱਲ ਦੇ ਉੱਪਰ ਕਿ ਬੱਚੇ ਨੂੰ ਸੌਫਟਵੇਅਰ ਨੌਲੇਜ ਕਿੰਨੀ ਹੈ, ਉਹਦੇ ਕੋਲ ਸਕਿੱਲ ਕਿੰਨੇ ਹੈਗੇ ਆ। ਹੁਣ ਜੋ ਬੇਸਿਕ ਨੌਲੇਜ ਬੱਚੇ ਸਾਡੇ ਜਿਹੜੇ ਕੋਲ, ਸਾਡੇ ਕੋਲ ਇਦਾਂ ਦੇ ਬੱਚੇ ਵੀ ਸੀਗੇ ਜਿਹੜੇ ਕੰਪਿਊਟਰ ਜਿਨ੍ਹਾਂ ਨੂੰ ਚਲਾਉਣਾ ਨਹੀਂ ਆਉਂਦਾ ਸੀਗਾ। ਰੀਸੈਂਟਲੀ ਇੱਕ ਫਿਲਮ ਆਈ ਸੀਗੀ ਲਾਸਟ ਈਅਰ, ਬੰਦਾ ਸਿੰਘ ਬਹਾਦਰ ਗੁਰੂ ਦਾ ਬੰਦਾ ਆਈ ਸੀਗੀ ਫਿਲਮ, 3D ਐਨੀਮੇਟਡ ਫਿਲਮ ਸੀਗੀ। ਗਰਲਸ ਨੇ ਉਸ ਫਿਲਮ ਦੇ ਵਿੱਚ ਕੰਮ ਕੀਤਾ, ਪ੍ਰੀਤਮ ਫਿਲਮ ਪ੍ਰੋਡਕਸ਼ਨ ਸਟੂਡੀਓ ਹੈਗਾ, ਉਹਦੇ ਵਿੱਚ ਉਹ ਗਰਲਸ ਨੇ ਕੰਮ ਕੀਤਾ ਜਿਨ੍ਹਾਂ ਨੂੰ ਸਟਾਰਟਿੰਗ ਦੇ ਵਿੱਚ ਕੰਪਿਊਟਰ ਵੀ ਚਲਾਉਣਾ ਨਹੀਂ ਆਉਂਦਾ ਸੀਗਾ, ਅੱਜ ਉਹ ਫਿਲਮ ਦੇ ਉੱਪਰ ਕੰਮ ਕਰ ਰਹੀਆਂ ਨੇ। ਸੋ ਸਾਡੇ ਕੁਝ ਬੱਚੇ ਮਾਇਆ
3D इफेक्ट और जिहड़े नवें इफेक्ट ने इस फील्ड दे विच दसे जांदे आ। मेरे नाल ने मनन शर्मा जी, जिन्हां को असीं पुछांगे कि GNI यूनिवर्सिटी दे विच प्रैक्टिकल इंप्लीमेंटेशन बच्चों को किस तरह कराई जाती है। जी सर, 3D इफेक्ट लई सर किहड़े किहड़े सॉफ्टवेयर ने? 3D इफेक्ट लई साडे को मैक्स, माया, ZBrush, मडबॉक्स, सिनेमा 4D सॉफ्टवेयर हैगे ने, जिस सारा 3D दा वर्क हुंदा है। इंटीरियर एक्सटीरियर डिजाइनिंग हुंदी है, गेमिंग लीग किदा वर्क हुंदे आ, कार्टून करैक्टर्स किदा बनदे आ, या फर्दर असीं मूवीज दे विच किदा कारां नूं तोड़ना है, सारा कुछ 3D दा ही हुंदा। किन्ना कु डिफिकल्ट आ, खास तौर ते ओह बच्चे जिहड़े हुण एनिमेशन रखणा चाहुंदे आ, डिफिकल्ट तो बिल्कुल नहीं है। सिर्फ तुहाडी क्रिएटिविटी है कि तुसीं किन्ना ज़्यादा क्रिएटिव माइंड रखते हो। अगर तुहानूं एक बॉक्स दे जाए तो बॉक्स तो तुसीं की क्रिएट कर सकते हो, दैट इज़ तुहाडी क्रिएटिविटी है। कार्टून करैक्टर भी सारा पूरा बॉक्स तो बन जाता है। एकेडमिक दे नाल नाल जिहड़ा ना इहदे विच किन्ना प्रैक्टिकली जिहड़ी आ ओह ਤੁਹਾਨੂੰ ਹਰ ਰੋਜ਼ ਪ੍ਰੈਕਟੀਕਲ ਤੁਹਾਨੂੰ ਡੇਲੀ ਦੇਣਾ ਹੀ ਪਏਗਾ, ਆਪਣਾ ਟਾਈਮ ਦੇਣਾ ਪਏਗਾ, ਤਾਂ ਕਿ ਇਹ ਚੀਜ਼ ਇੱਦਾਂ ਦੇਣੀ ਹੈ ਕਿ ਜਿਹਨੂੰ ਤੁਸੀਂ ਯਾਦ ਕਰ ਸਕੋ, ਇਹਨੂੰ ਤੁਸੀਂ ਜਿੰਨਾ ਪ੍ਰੈਕਟੀਕਲ ਕੰਮ ਕਰੋਗੇ। ਯੂਨੀਵਰਸਿਟੀ ਦੇ ਆਰਟ ਰੂਮ ਵਿੱਚ ਔਰ ਸਾਡੇ ਨਾਲ ਨੇ ਨਿਕਿਤਾ ਮੈਡਮ, ਮੈਡਮ ਇਸ ਆਰਟ ਰੂਮ ਦੇ ਵਿੱਚ ਸਟੂਡੈਂਟ ਲਈ ਕਿਹੜੇ ਕਿਹੜੇ ਪ੍ਰੈਕਟੀਕਲ ਜੋ ਹੈ ਉਹ ਕਰਵਾਏ ਜਾਂਦੇ ਆ? ਬੇਸਿਕਲੀ ਜੋ ਸਕੈਚਿੰਗ ਹੈ ਉਹ ਪ੍ਰਾਇਮਰੀ ਸ਼ੁਰੂ ਹੁੰਦੀ ਹੈ ਸਟਾਰਟਿੰਗ ਤੋਂ, ਫਰੋਮ ਦਾ ਵੈਰੀ ਫਸਟ ਈਅਰ। ਸੋ ਜੋ ਸਾਡੇ ਸਟੂਡੈਂਟਸ ਹੈਗੇ ਨੇ ਉਹ ਪਹਿਲਾਂ ਸਕੈਚਿਸ ਬਣਾਉਂਦੇ ਨੇ, ਜਿਸ ਤਰ੍ਹਾਂ ਹਾਂਜੀ ਸੋ ਇੱਥੇ ਪੋਸਟਰ ਕਲਰਸ ਹੋ ਗਏ, ਪੈਨਸਿਲ ਸਕੈਚਿੰਗ ਹੈਗੇ ਸਾਡੇ ਕੋਲ, ਐਂਡ ਦੈਨ ਕੁਛ ਸਾਡੇ ਐਕ੍ਰੈਲਿਕ ਕਲਰਸ ਨੇ। ਸੋ ਡਿਫਰੈਂਟ ਡਿਫਰੈਂਟ ਪੋਸਟਰਸ ਐਂਡ ਆਰਟ ਜਿਹੜੀ ਹੈ ਉਹ ਸਟੂਡੈਂਟ, ਮਤਲਬ ਇਹਦਾ ਮੇਨ ਮਕਸਦ ਆ ਜਿਹੜਾ ਐਨੀਮੇਸ਼ਨ ਵਾਲਾ ਬੱਚਾ ਉਹਨੂੰ ਬੇਸਿਕ ਪਤਾ ਲੱਗ ਜਾਵੇ, ਵੈਰੀ ਬੇਸਿਕ, ਜਸਟ ਕਿ ਆਪਣੇ ਥੌਟਸ ਜੋ ਹੈਗੇ ਉਹ ਇੱਕ ਵਾਰੀ ਪੇਪਰ ਦੇ ਉੱਪਰ ਔਰ ਉਸ ਤੋਂ ਬਾਅਦ ਹੀ ਉਹ ਫਿਰ ਕੰਪਿਊਟਰਾਈਜ਼, ਐਂਡ ਕੁਝ ਬੱਚੇ ਬਹੁਤ ਹੀ ਕ੍ਰੀਏਟਿਵ ਹੁੰਦੇ ਹਨ, ਦਿਸ ਵੇ ਦੇ ਕੈਨ ਪ੍ਰੋਸੈਸ ਅਪਣਾ ਕੇ। ਹਾਂਜੀ ਓਕੇ, ਐਂਡ ਹੇਅਰ ਵੀ ਹੈਵ ਥਰਮੋਕੋਲ ਵਰਕ, ਐਂਡ ਇਸ ਤਰ੍ਹਾਂ ਅਸੀਂ ਥਰਮੋਕੋਲ ਦੇ ਉੱਪਰ ਸਾਰਾ ਡਿਟੇਲ ਦੇ ਵਿੱਚ ਵਰਕ ਕਰਵਾਉਂਦੇ ਨੇ, ਅਤੇ ਬੱਚੇ ਆਪਣਾ ਆਰਟ ਵਰਕ ਮੋਰ ਓਵਰ ਕ੍ਰੀਏਟਿਵ ਡਿਫਰੈਂਟ ਡਿਫਰੈਂਟ ਪ੍ਰੋਡਕਟ ਐਂਡ ਯੂਜ ਕਰਕੇ ਉਹਨਾਂ ਨਾਲ ਨਾਲੇ ਕਲਰ ਕੰਬੀਨੇਸ਼ਨ ਕਿਸ ਤਰ੍ਹਾਂ ਦਾ, ਇਹ ਤਾਂ ਜ਼ਿਆਦਾ ਆਰਟਿੰਗ ਆਰਟ ਵਰਕ ਹੋ ਰਿਹਾ ਨਾ, ਇਹ ਕੀ ਹੈ ਔਰ ਇਹਦਾ ਕਿੱਥੇ ਯੂਜ ਹੁੰਦਾ? ਬੇਸਿਕਲੀ ਇਟ ਇਜ਼ ਅ ਵਾਲ ਪੇਂਟਿੰਗ, ਤੁਸੀਂ ਦੇਖ ਸਕਦੇ ਹੋ ਪੂਰੀ ਵਾਲ ਅਸੀਂ ਪੇਂਟ ਕਰ ਰਹੇ ਹਾਂ, ਐਂਡ ਇਹਦੇ ਵਿੱਚ ਡਿਫਰੈਂਟ ਕਲਰ ਕੰਬੀਨੇਸ਼ਨਸ ਐਂਡ ਕੁਝ ਕੋਨਸੈਪਟ ਹੈ ਜਿਹੜੇ ਕਿ ਬੱਚਿਆਂ ਦੇ ਥੋਟਸ ਨੇ ਉਹ ਬਾਹਰ ਆਉਣਗੇ। ਇਟ ਇਜ਼ ਅ ਕਾਇੰਡ ਆਫ ਅਟਰੈਕਟਿਵ ਥਿੰਗ ਆਲਸੋ, ਪਲੱਸ ਜਿਹੜੇ ਕੀ ਹੈ ਕਿ ਇਹਨਾਂ ਦੇ ਹੈਂਡ ਮੂਵਮੈਂਟਸ ਐਂਡ ਜਿੰਨੀ ਵੀ ਆਰਟ ਹੈਗਾ ਉਹਨੂੰ ਇੰਪਰੂਵ ਕਰਦਾ ਹੈ। GNI ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚਿਆਂ ਨੂੰ ਸਿਖਾਏ ਜਾਂਦੇ ਆ? ਸਰ ਦੇਖੋ, ਬੇਸਿਕ ਐਡੀਟਿੰਗ ਦੇ ਲਈ ਪਹਿਲਾਂ ਤਾਂ ਪ੍ਰੀਮੀਅਰ ਪ੍ਰੋ ਕਰਵਾਉਂਦੇ ਆ, ਔਰ ਜਦੋਂ ਐਡੀਟਿੰਗ ਉਹਦੇ 'ਚ ਐਕਸਪਰਟ ਹੋ ਜਾਂਦਾ ਬੱਚਾ, ਦੈਨ FCP। ਬੱਚਿਆਂ ਲਈ ਕਿੰਨੇ ਕੁ ਮੌਕੇ ਆ, ਖਾਸ ਤੌਰ 'ਤੇ ਹੁਣ ਤਾਂ ਵਿਆਹਾਂ ਦਾ ਵੀ ਜਦੋਂ ਸੀਜ਼ਨ ਹੁੰਦਾ ਬੱਚੇ ਉਹ ਵੀ ਕੰਮ ਕਰ ਸਕਦੇ ਆ, ਕਿਉਂਕਿ ਉੱਥੇ ਵੀ ਐਡੀਟਿੰਗ ਦੀ ਯੂਜ਼ ਹੁੰਦੀ ਆ। ਹਾਂਜੀ ਦੇਖੋ, ਹੁਣ ਇਹ ਤਾਂ ਮਤਲਬ ਬੱਚੇ ਦੀ ਸਕਿੱਲ ਦੇ ਉੱਤੇ ਡਿਪੈਂਡ ਕਰਦਾ ਕਿ ਬੱਚਾ ਇੱਥੋਂ ਪਹਿਲਾਂ ਬੇਸਿਕ ਲਰਨਿੰਗ ਲੈਂਦਾ, ਦੈਨ ਬੇਸਿਕ ਐਡੀਟਿੰਗ ਸਿੱਖਦਾ। ਨੋਰਮਲੀ ਬ੍ਰਾਈਡਲ ਜਿਹੜੇ ਸ਼ੂਟਸ ਹੁੰਦੇ ਆ, ਹੁਣ ਉਹਦੇ ਵਿੱਚ ਵੀ ਸਿਨੇਮੇਟੋਗ੍ਰਾਫੀ ਸ਼ੁਰੂ ਹੋ ਗਈ ਹੈ, ਜਿਹੜੀ ਪ੍ਰੀ ਵੈਡਿੰਗ, ਉਹਦੇ ਵਿੱਚ ਤਾਂ ਬਹੁਤ ਸਾਰੇ ਇਫੈਕਟ ਆ ਗਏ ਹੁਣ, ਉਹਦੇ 'ਚ ਉਹ ਸਟੋਰੀ ਟੈਲਿੰਗ ਜਾਂ ਮਤਲਬ ਸਭ ਕੁਝ ਜੋ ਵੀ ਉਹਦੇ 'ਚ ਸਟੋਰੀ ਟੈਲਿੰਗ ਹੁੰਦੀ ਹੈ, ਉਸ ਤੋਂ ਬਾਅਦ ਐਡੀਟਿੰਗ ਹੁੰਦੀ ਹੈ, ਉਹ ਸਾਰਾ ਕੁਝ ਇਹਦੇ 'ਚ ਸਿੱਖਦੇ। ਤੁਸੀਂ ਦੇਖ ਰਹੇ ਹੋ GNI ਯੂਨੀਵਰਸਿਟੀ ਦਾ ਐਨੀਮੇਸ਼ਨ ਅਤੇ ਮਲਟੀਮੀਡੀਆ ਡਿਪਾਰਟਮੈਂਟ, ਜਿੱਥੇ ਵਿਦਿਆਰਥੀਆਂ ਨੂੰ ਇੱਕ ਪੁਖਤਾ ਡਿਗਰੀ ਦਿੰਦਾ ਹੈ, ਉਸ ਦੇ ਨਾਲ ਹੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਕਰਵਾਉਣ ਲਈ ਬਹੁਤ ਸਾਰੇ ਸੌਫਟਵੇਅਰ ਨੇ, ਔਰ ਖਾਸ ਤੌਰ 'ਤੇ ਉਹਨਾਂ ਸੌਫਟਵੇਅਰ ਨੂੰ ਸਿੱਖ ਕੇ ਬੱਚੇ ਜੋ ਹੈ ਉਹ ਆਪਣਾ ਕਰੀਅਰ ਆਪ ਬਣਾ ਸਕਦੇ ਨੇ। ਅਤੇ ਜਿਵੇਂ ਜੋ ਇੱਥੋਂ ਦੇ ਟੀਚਰ ਨੇ ਉਹਨਾਂ ਨੇ ਦੱਸਿਆ ਕਿ ਥਰੂ ਆਊਟ ਪ੍ਰੋਗਰਾਮ ਕਰਦੇ ਵੀ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਕਮਰਸ਼ੀਅਲ ਕੰਮ ਕਰ ਸਕਦੇ ਨੇ। ਇਹੀ ਹੈ ਅੱਜ ਦੇ ਸਮੇਂ ਦੀ ਹਾਂ ਦੀ ਐਜੂਕੇਸ਼ਨ, ਜਿਸ ਨਾਲ ਬੱਚੇ ਆਪਣਾ ਸਵੈ ਰੁਜ਼ਗਾਰ ਬਣਾ ਸਕਣ। ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ।